ਤੇ ਹਉ ਮੈਂ ਕਰਤ ਗਵਾਇਆ। ਸੋ ਇਹ ਕਹਿੰਦੇ ਨੇ ਕਿ ਸਤਰ ਦਾ ਅਰਥ ਸਪਸ਼ਟ ਨਹੀਂ ਹੋ ਰਿਹਾ। ਅਰਥ ਸਪਸ਼ਟ ਹੈ ਸਾਧ ਸੰਗਤ ਜੀ, ਥੋੜ੍ਹਾ ਸਮਝਣ ਦੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਮਨਮੁਖ ਦੀ ਹਾਲਤ ਦਾ ਵਰਣਨ ਕੀਤਾ ਹੈ। ਅਜਗਰ ਭਾਰ ਲਦੇ ਅਤਿ ਭਾਰੀ ਮਰ ਮਰ ਜਨਮ ਗਵਾਇਆ। ਆਪਾਂ ਅੱਗੇ ਜਾ ਕੇ ਇਹ ਪਾਠ ਪੜ੍ਹਦੇ ਹਾਂ। ਮਨਮੁਖ ਦੀ ਹਾਲਤ ਇਹ ਹੈ ਕਿ ਪਰਮਾਤਮਾ ਦੇ ਨਾਮ ਨਾਲ ਸੱਚੀ ਸੁਰਤ ਨਹੀਂ ਜੋੜੀ। ਵਾਹਿਗੁਰੂ ਦਾ ਨਾਮ ਚੰਗਾ ਨਹੀਂ ਲੱਗਾ, ਨਾਮ ਤੋਂ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ ਅਤੇ ਹਉਮੈ ਕਰਦਿਆਂ ਹੀ ਆਪਣਾ ਸਾਰਾ ਜੀਵਨ ਗਵਾ ਦਿੱਤਾ। ਪਰ ਧਨ ਪਾਰ ਨਾਰੀ ਰਤ ਨਿੰਦਾ, ਬਿਖ ਖਾਈ ਦੁੱਖ ਪਾਇਆ। ਪਰਾਏ ਧਨ ਵਿੱਚ, ਪਰ ਇਸਤਰੀਆਂ ਦੇ ਵਿੱਚ, ਪਰਾਈ ਨਿੰਦਾ ਦੇ ਵਿੱਚ, ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਖਾ ਕੇ ਦੁੱਖ ਪ੍ਰਾਪਤ ਕੀਤਾ। ਸੋ ਇਹ ਮਨਮੁਖ ਦੀ ਹਾਲਤ ਹੈ। ਹਉਮੈ ਕਰਦਿਆਂ ਹੰਗਤਾ ਮਮਤਾ ਵਿੱਚ ਲੱਗਿਆ ਤਾਂ ਜਨਮ ਗਵਾ ਦਿੱਤਾ, ਪਰ ਨਾਮ ਨਾਲ ਆਪਣੀ ਸੁਰਤ ਨਹੀਂ ਜੋੜੀ, ਪਰਮਾਤਮਾ ਦਾ ਨਾਮ ਨਹੀਂ ਜਪਿਆ, ਜਿਸ ਕਰਕੇ ਆਤਮਿਕ ਤ੍ਰਿਪਤੀ ਨਹੀਂ ਹੋਈ। ਹਾਂਜੀ, ਮਲਾਰ ਮਹੱਲਾ ਪਹਿਲਾ, ਜਾਗਤ ਜਾਗਰ ਹੈ ਗੁਰ ਸੇਵਾ, ਬਿਨ ਹਰ ਮੈਂ ਕੋ ਨਾਹੀ, ਅਨਕ ਯਤਨ ਕਰ ਰਹਿਣ ਨ ਪਾਵੈ, ਆਚ ਕਾਚ ਢਰ ਪਾਹੀ, ਇਸ ਤਨ ਧਨ ਕਾ ਕਹੋ ਗਰਭ ਕੈਸਾ, ਬਿਨਸਤ ਬਾਰ ਨ ਲਾਗੈ ਬਵਰੀ, ਹਉ ਮੈਂ ਗਰਭ ਖਪੈ ਜਗ ਐਸਾ ਰਹਾਉ, ਜੈ ਜਗਦੀਸ਼ ਪ੍ਰਭੂ ਰਖਵਾਰੇ, ਰਾਖੈ ਪਰਖੈ ਸੋਈ, ਜੇਤੀ ਹੈ ਤੇਤੀ ਤੁਝ ਹੀ ਤੇ, ਤੁਮ ਸਰ ਅਵਰ ਨ ਕੋਈ, ਜੀ ਉਪਾਏ ਜੁਗਤ ਵਸਕੀਨੀ, ਆਪੇ ਗੁਰਮੁਖ ਅੰਜਨ, ਅਮਰ ਅਨਾਥ ਸਰਬ ਸਿਰ ਮੋਰਾ, ਕਾਲ ਬਿਕਾਲ ਭਰਮ ਭੈ ਖੰਜਨ, ਕਾਗਦ ਕੋਟ ਇਹੋ ਜਗ ਹੈ ਬਪਰੋ, ਰੰਗਨ ਚਿਹਨ ਚਤੁਰਾਈ, ਨਾਨੀ ਸੀ ਬੂੰਦ ਪਵਨ ਪਤ ਖੋਵੈ, ਜਨਮ ਮਰੈ ਖਿਨ ਤਾਈ, ਨਦੀ ਉਪਕੰਠ ਜੈਸੇ ਘਰ ਤਰਵਰ, ਸਰਪਨ ਘਰ ਘਰ ਮਾਹੀ, ਉਲਟੀ ਨਦੀ ਕਹਾਂ ਘਰ ਤਰਵਰ, ਸਰਪਨ ਡਸੈ ਦੂਜਾ ਮਨ ਮਾਹੀ, ਗਾਰੁੜ ਗੁਰ ਗਿਆਨ ਧਿਆਨ ਗੁਰ ਬਚਨੀ, ਵਿਖਿਆ ਗੁਰਮਤ ਜਾਰੀ, ਮਨ ਤਨ ਹੇਮ ਭਏ ਸੱਚ ਪਾਇਆ, ਹਰ ਕੀ ਭਗਤ ਨਿਰਾਰੇ, ਜੇਤੀ ਹੈ ਤੇਤੀ ਤੁਧ ਜਾਚੈ, ਤੂੰ ਸਰਬ ਜੀਆਂ ਦਇਆਲਾ, ਤੁਮਰੀ ਸਰਣ ਪਰੇ ਪਤ ਰੱਖ, ਸਾਚ ਮਿਲੈ ਗੋਪਾਲਾ, ਬਾਧੀ ਅੰਧ ਧੰਦ ਨਹੀਂ ਸੂਝੈ, ਬਾਧੀ ਧੰਦ ਅੰਧ ਨਹੀਂ ਸੂਝੈ, ਬੱਧਕ ਕਰਮ ਕਮਾਵੈ, ਸਤਿਗੁਰ ਵਿਲੈ ਤਾਂ ਸੂਝਸ ਬੂਝਸ, ਸੱਚ ਮਨ ਗਿਆਨ ਸਮਾਵੈ, ਨਿਰਗੁਣ ਦੇਹ ਸਾਚ ਬਿਨ ਕਾਚੀ, ਮੈਂ ਪੂਛਾ ਗੁਰੇ ਆਪਣਾ, ਨਾਨਕ ਸੋ ਪ੍ਰਭ ਪ੍ਰਭੂ ਦਿਖਾਵੈ, ਬਿਨ ਸਾਚੇ ਜਗ ਸੁਪਨਾ। ਮਲਾਰ ਮਹੱਲਾ ਪਹਿਲਾ, ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵ ਹੈ, ਸਾਰਿੰਗ ਸ਼ਬਦ ਸੁਹਾਈ, ਰੈਨ ਬਬੀਹਾ ਬੋਲਿਓ ਮੇਰੀ ਮਾਈ ਰਹਾਉ, ਪ੍ਰੇ ਸਿਉ ਪ੍ਰੀਤ ਨ ਉਲਟੈ ਕਬਹੂ, ਜੋ ਤੈ ਭਾਵੈ ਸਾਈ, ਨੀਂਦ ਗਈ ਹਉ ਮੈਂ ਤਨ ਥਾਕੀ, ਸੱਚ ਮਤ ਹਿਰਦੈ ਸਮਾਈ, ਰੁਖੀ ਬਿਰਖੀ ਊਡਾਉ ਭੁੱਖਾ, ਪੀਵਾ ਨਾਮ ਸੁਭਾਈ, ਲੋਚਨ ਤਾਰ ਲਲਤਾ ਬਿਲਲਾਤੀ, ਦਰਸ਼ਨ ਪਿਆਸ ਰਜਾਈ, ਪ੍ਰੇਯ ਬਿਨ ਸੀਗਾਰ ਕਰੀ, ਤੇਤਾ ਤਨ ਤਾਪੈ, ਕਾਪਰ ਅੰਗ ਨਾ ਸੁਹਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕਾਂ, ਬਿਨ ਮਿਲੇ ਨੀਂਦ ਨਾ ਪਾਏ, ਪਿਰ ਨਜੀਕ ਨਾ ਬੂਝੈ ਬਪੁੜੀ, ਸਤਿਗੁਰ ਦੀਆ ਦਿਖਾਏ, ਸਹਿਜ ਮਿਲਿਆ ਤਬ ਹੀ ਸੁਖ ਪਾਇਆ, ਤ੍ਰਿਸ਼ਨਾ ਸ਼ਬਦ ਬੁਝਾਈ, ਕਹੋ ਨਾਨਕ ਤੁਝ ਹੀ ਤੇ ਮਨ ਮਨ ਤੁਝ ਤੇ ਮਨ ਮਾਨਿਆ, ਕਹੋ ਨਾਨਕ ਤੁਝ ਤੇ ਮਨ ਮਾਨਿਆ, ਕੀਮਤ ਕਹਿਣ ਨਾ ਜਾਈ। ਮਲਾਰ ਮਹੱਲਾ ਪਹਿਲਾ, ਅਸ਼ਟਪਦੀਆ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਖਲੀ ਉਂਡੀ ਜਲ ਭਰ ਨਾਲ,
ਜਲ ਭਰ ਨਾਲ ਇੱਕੋ ਇੱਕ ਇਹ ਪਾਠ ਇੱਥੇ ਆਇਆ ਹੈ ਜਿਹੜਾ ਵੱਖਰਾ ਵੱਖਰਾ ਹੋਵੇਗਾ। ਬਾਕੀ ਸਾਰੀਆਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਰ ਨਾਲ ਪਾਠ ਇਕੱਠਾ ਆਉਂਦਾ ਹੈ, ਸਿਰਫ ਇੱਥੇ ਇਹ ਵੱਖ ਵੱਖ ਹੈ। ਅਖਲੀ ਉਂਡੀ ਜਲ ਭਰ ਨਾਲ, ਅਖਲੀ ਉਂਡੀ ਜਲ ਭਰ ਨਾਲ, ਡੂਗਰ ਉੱਚਾ ਗੜ ਪਾਤਾਲ, ਸਾਗਰ ਸੀਤਲ ਗੁਰ ਸ਼ਬਦ ਵਿਚਾਰ, ਮਾਰਗ ਮੁਕਤਾ ਹਉਮੈ ਮਾਰ, ਮੈਂ ਅੰਧੁਲੇ ਨਾਵੈ ਕੀ ਜੋਤ, ਨਾਮ ਆਧਾਰ ਚੱਲਾ ਗੁਰ ਕੈ ਭੈ ਭੇਤ ਰਹਾਉ, ਸਤਿਗੁਰ ਸ਼ਬਦੀ ਪਾਦਰ ਜਾਣ, ਗੁਰ ਕੈ ਤਕੀਐ ਸਾਚੈ ਤਾਣ, ਨਾਮ ਸੰਭਾਲਸ ਰੂੜੀ ਬਾਣ, ਥੈ ਭਾਵੈ ਦਰ ਲਹਿਸ ਪਿਰਾਣ, ਊਡਾਂ ਬੈਸਾ ਏਕ ਲਿਵਤਾਰ, ਗੁਰ ਕੈ ਸ਼ਬਦ ਨਾਮ ਆਧਾਰ, ਨਾ ਜਲ ਡੂੰਗਰ ਨਾ ਉੱਚੀ ਧਾਰ, ਨਿਜ ਘਰ ਵਾਸਾ ਤਹਿ ਮਗ ਨ ਚਾਲਣ ਹਾਰ, ਜਿਤ ਘਰ ਵਸਹਿ ਤੂ ਹੈ ਬਿਧ ਜਾਣ ਹੈ, ਬੀਜੋ ਮਹਿਲ ਨ ਜਾਪੈ, ਸਤਿਗੁਰ ਬਾਜਹੁ ਸਮਝ ਨ ਹੋਵੀ, ਸਭ ਜਗ ਦੱਬਿਆ ਛਾਪੈ, ਕਰਨ ਪਲਾਵ ਕਰੈ ਬਿਲ ਲਾਤਾਉ, ਬਿਨ ਗੁਰ ਨਾਮ ਨ ਜਾਪੈ, ਪਲ ਪੰਕਜ ਮਹਿ ਨਾਮ ਛਡਾਏ, ਜੇ ਗੁਰ ਸ਼ਬਦ ਸਿਆਪੈ, ਇੱਕ ਮੂਰਖ ਅੰਧੇ ਮੁਗਧ ਗਵਾਰ, ਇੱਕ ਸਤਿਗੁਰ ਕੈ ਭੈ ਨਾਮ ਆਧਾਰ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ, ਨਾਮ ਭੈ ਭਾਏ ਹਿਰਦੈ ਵਸਾਹੀ, ਗੁਰ ਕਰਣੀ ਸੱਚ ਬਾਣੀ ਇੰਦ ਵਰਸੈ ਧਰਤ ਸੁਹਾਵੀ, ਘਾਟ ਘਾਟ ਜੋਤ ਸਮਾਣੀ, ਕਾਲਰ ਬੀਜਸ ਦੁਰਮਤ ਐਸੀ, ਨਿਗੁਰੇ ਕੀ ਨਿਸ਼ਾਨੀ, ਕਾਲਰ ਬੀਜਸ ਦੁਰਮਤ ਐਸੀ, ਨਿਗੁਰੇ ਕੀ ਨਿਸ਼ਾਨੀ, ਸਤਿਗੁਰ ਬਾਜਹੁ ਘੋਰ ਅੰਧਾਰਾ, ਡੂਬ ਮੋਏ ਬਿਨ ਪਾਣੀ, ਜੋ ਕਿਛ ਕੀਨੋ ਸੋ ਪ੍ਰਭੂ ਰਜਾਏ, ਜੋ ਧੁਰ ਲਿਖਿਆ ਸੋ ਮਿਟਣਾ ਨਾ ਜਾਏ, ਹੁਕਮੇ ਵਾਧਾ ਕਾਰ ਕਮਾਏ, ਏਕ ਸ਼ਬਦ ਰਾਚੈ ਸੱਚ ਸਮਾਏ, ਚਹੋ ਦਿਸ ਹੁਕਮ ਵਰਤੈ ਪ੍ਰਭ ਤੇਰਾ, ਚਹੋ ਦਿਸ ਨਾਮ ਪਤਾਲੰ, ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ, ਕਰਮ ਮਿਲੈ ਬੈਆਲੰ, ਜਾਮਣ ਮਰਨਾ ਦੀਸੈ ਸਿਰ ਉਭਾਉ, ਖੁਦਿਆ ਨਿੰਦਰਾ ਕਾਲੰ, ਨਾਨਕ ਨਾਮ ਮਿਲੈ ਮਨ ਭਾਵੈ, ਸਾਚੀ ਨਦਰ ਰਸਾਲੰ, ਮਲਾਰ ਮਹੱਲਾ ਪਹਿਲਾ, ਮਰਨ ਮੁਕਤ ਗਾਤ ਸਾਰ ਨਾ ਜਾਣੈ, ਕੰਠੇ ਬੈਠੀ ਗੁਰ ਸ਼ਬਦ ਨਾ ਗੁਰ ਸ਼ਬਦ ਪਛਾਨੈ, ਕੰਠੇ ਬੈਠੀ ਗੁਰ ਸ਼ਬਦ ਪਛਾਨੈ, ਤੂੰ ਕੈਸੇ ਆੜ ਫਾਥੀ ਜਾਲ, ਅਲਖ ਨਾ ਜਾਚ ਹੈ ਹਿਰਦੈ ਸੰਭਾਲ ਰਹਾਉ, ਏਕ ਜੀ ਕੈ ਜੀਆ ਖਾਹੀ, ਜਲ ਤਰਤੀ ਬੂਡੀ ਜਲ ਮਾਹੀ, ਸਰਬ ਜੀ ਕੀਏ ਪ੍ਰਤਪਾਨੀ, ਜਬ ਪਕੜੀ ਤਬ ਹੀ ਪਛੁਤਾਨੀ, ਜਬ ਗਲ ਫਾਸ ਪੜੀ ਅਤ ਭਾਰੀ, ਊਡ ਨ ਸਾਕੈ ਪੰਖ ਪਸਾਰੀ, ਰਸ ਚੂਗ ਹੈ ਮਨ ਮੁਖ ਗਾਵਾਰ, ਫਾਥੀ ਛੂਟ ਹੈ ਗੁਣ ਗਿਆਨ ਵਿਚਾਰ, ਸਤਿਗੁਰ ਸੇਵ ਤੂਟੈ ਜਮ ਕਾਲ, ਹਿਰਦੈ ਸਾਚਾ ਸ਼ਬਦ ਸੰਭਾਲ, ਹਿਰਦੈ ਹਿਰਦੈ ਸਾਚਾ ਸ਼ਬਦ ਸੰਭਾਲ, ਗੁਰਮਤ ਸਾਚੀ ਸ਼ਬਦ ਹੈ ਸਾਰ, ਹਰ ਕਾ ਨਾਮ ਰੱਖੈ ਉਰ ਧਾਰ, ਸੇ ਦੁੱਖ ਆਗੈ ਜੇ ਭੋਗ ਬਿਲਾਸੇ, ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੇ, ਮਲਾਰ ਮਹੱਲਾ ਤੀਜਾ, ਅਸ਼ਟਪਦੀਆ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰਮ ਹੋਵੈ ਤਾਂ ਸਤਿਗੁਰ ਪਾਈਐ, ਬਿਨ ਕਰਮੈ ਪਾਇਆ ਨਾ ਜਾਏ, ਸਤਿਗੁਰ ਮਿਲਿਆ ਕੰਚਨ ਹੋਈਐ, ਜਾਂ ਹਰ ਕੀ ਹੋਏ ਰਜਾਏ, ਮਨ ਮੇਰੇ ਹਰ ਹਰ ਨਾਮ ਚਿਤ ਲਾਏ,
ਸਤਿਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੈ ਸਮਾਇ ਰਹਾਉ। ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ। ਸਤਿਗੁਰ ਤੇ ਹਰ ਬੁੱਝੀਐ ਗਰਭ ਜੋਨੀ ਨਹਿ ਪਾਏ। ਗੁਰ ਪ੍ਰਸਾਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਏ। ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋ ਆਪ ਗਵਾਏ। ਗੁਰ ਪ੍ਰਸਾਦੀ ਸਿਵ ਘਰ ਜੰਮੈ ਵਿੱਚੋ ਸਖਤ ਗਵਾਏ। ਆਚਾਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ। ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ। ਗੁਰ ਪ੍ਰਸਾਦੀ ਸਿਵ ਘਰ ਜੰਮੈ ਵਿੱਚੋ ਸਖਤ ਗਵਾਏ। ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ। ਚਾਲ ਵਿੱਚ ਇਹ ਪਾਠ ਅਚਰ ਆਵੇਗਾ, ਅਰਥ ਅਚਰ ਦੇ ਨਾਲ ਵੀ ਹੈ ਔਰ ਅਚਰ ਦੇ ਨਾਲ ਵੀ ਹੈ। ਸੋ ਅਚਰ ਚਰੈ ਵਿਵੇਕ ਬੁੱਧ ਪਾਏ, ਅਰਥ ਚਰੈ ਦੇ ਨਾਲ ਵੀ ਹੈ ਅਤੇ ਚਰੈ ਦੇ ਨਾਲ ਵੀ ਹੈ। ਸੋ ਇਹ ਗੁਰਬਾਣੀ ਦਾ ਇੱਕ ਮਹਾਨ ਖਜ਼ਾਨਾ ਹੈ, ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ। ਹਾਂਜੀ, ਗੁਰ ਪ੍ਰਸਾਦੀ ਸਿਵ ਘਰ ਜੰਮੈ ਵਿੱਚ ਉਹ ਸਖਤ ਗਵਾਏ। ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ। ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ। ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੈ ਪਾਏ। ਸਤਿਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਹਿਰਦੈ ਵਿਚਾਰ। ਵਡ ਭਾਗੀ ਗੁਰ ਪਾਇਆ ਭਵਜਲ ਉਤਰੇ ਪਾਰ। ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ। ਕਿਰਪਾ ਕਰਹੋ ਗੁਰ ਮਿਲਹੋ ਹਰ ਜੀਵ ਪਾਵੋ ਮੋਖ ਦੁਆਰ। ਮਸਤਕ ਲਿਲਾਟ ਲਿਖਿਆ ਧੁਰ ਠਾਕੁਰ, ਮਸਤਕ ਲਿਲਾਟ ਲਿਖਿਆ ਧੁਰ ਠਾਕੁਰ ਮੇਟਣਾ ਨਾ ਜਾਏ। ਨਾਨਕ ਸੇ ਜਨ ਪੂਰਨ ਹੋਏ ਜਿਨ ਹਰ ਭਾਣਾ ਪਾਏ। ਮਲਾਰ ਮਹੱਲਾ ਤੀਜਾ ਵੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ। ਬਿਣ ਨਾਵੈ ਜਮ ਡੰਡ ਸਹਾਇ ਮਰ ਜਨਮੈ ਵਾਰੂ ਵਾਰ। ਸਤਿਗੁਰ ਭੇਟੇ ਮੁਕਤ ਹੋਏ ਪਾਏ ਮੋਖ ਦੁਆਰ। ਮਨ ਰੇ ਸਤਿਗੁਰ ਸੇਵ ਸਮਾਏ ਵੱਡੇ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਇ ਰਹਾਉ। ਹਰ ਆਪਣੇ ਭਾਣੇ ਸ੍ਰਿਸ਼ਟ ਉਪਾਈ ਹਰ ਆਪੇ ਦੇ ਆਧਾਰ। ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ। ਹਰ ਕੈ ਭਾਣੇ ਸਤਿਗੁਰ ਭੇਟਿਆ ਸਭ ਜਨਮ ਸਵਾਰਨ ਹਾਰ। ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝੈ ਕੋਇ। ਵਾਹ ਵਾਹ ਕਰ ਪ੍ਰਭ ਸਾ ਲਾਹੀਐ ਤਿਸ ਜੇਵਡ ਅਵਰ ਨਾ ਕੋਇ। ਆਪੇ ਬਖਸੇ ਮੇਲ ਲਏ ਕਰਮ ਪ੍ਰਾਪਤ ਹੋਇ। ਸਾਚਾ ਸਾਹਿਬ ਮਾਹਰੋ ਸਤਿਗੁਰ ਦੀਆ ਦੇਖਾਏ। ਅੰਮ੍ਰਿਤ ਵਰਸੈ ਮਨ ਸੰਤੋਖੀਐ ਸੱਚ ਰਹੈ ਲਿਵ ਲਾਇ। ਹਰ ਕੈ ਨਾਇ ਸਦਾ ਹਰੀਆਵਲੀ ਫਿਰ ਸੁੱਕੈ ਨਾ ਕੁਮਲਾਇ। ਬਿਨ ਸਤਿਗੁਰ ਕਿਨੈ ਨਾ ਪਾਇਓ ਮਨ ਵੇਖੋ ਕੋ ਪਤੀਆਇ। ਹਰ ਕਿਰਪਾ ਤੇ ਸਤਿਗੁਰ ਪਾਈਐ ਭੇਟੈ ਸਹਿਜ ਸੁਭਾਇ। ਮਨਮੁਖ ਭਰਮ ਭੁਲਾਇਆ ਬਿਨ ਭਾਗਾ ਹਰ ਧਨ ਨਾ ਪਾਏ। ਤ੍ਰੈ ਗੁਣ ਸਭਾ ਧਾਤ ਹੈ ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰਹਿ ਵਿਚਾਰ। ਮੁਕਤ ਕਦੇ ਨਾ ਹੋਵਾਈ ਨਹੁ ਪਾਏ ਨ ਮੋਖ ਦੁਆਰ। ਬਿਨ ਸਤਿਗੁਰ ਬੰਧਨ ਨਾ ਟੁੱਟਹੀ ਨਾਮ ਨਾ ਲੱਗੈ ਪਿਆਰ। ਪੜ ਪੜ ਪੰਡਿਤ ਮੋਨੀ ਥੱਕੇ ਵੇਦਾਂ ਕਾ ਅਭਿਆਸ। ਹਰ ਨਾਮ ਚਿਤ ਨਾ ਆਵਾਈ ਨਹਿ ਨਿਜ ਘਰ ਹੋਵੈ ਵਾਸ। ਜਮ ਕਾਲ ਸਿਰ ਹੋ ਨਾ ਉਤਰੈ ਅੰਤਰ ਕਪਟ ਵਿਨਾਸ਼। ਹਰ ਨਾਵੈ ਨੋ ਸਭ ਕੋ ਪ੍ਰਤਾਪ ਦਾ ਬਿਨ ਭਾਗਾਂ ਪਾਇਆ ਨਾ ਜਾਏ। ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਏ। ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾਂ ਸਮਾਏ।
ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁੱਖ ਪੱਲਰ ਹਰ ਨਾਮ ਵਸਾਏ ਸਾਚੀ ਗਾਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨ ਦਿਨ ਲਾਗੈ ਸਹਿਜ ਧਿਆਨ ਰਹਾਉ ਬਿਨ ਪਿਰ ਕਾਮਣ ਕਰੇ ਸੀਂਗਾਰ ਬਿਨ ਪਿਰ ਕਾਮਣ ਕਰੇ ਸੀਂਗਾਰ ਦੁਹ ਚਾਰਣੀ ਕਹੀਐ ਨਿਤ ਹੋਏ ਖੁਆਰ ਮਨਮੁਖ ਕਾ ਇਹੋ ਬਾਦ ਆਚਾਰ ਬਹੁ ਕਰਮ ਦ੍ਰਿੜਾਵ ਹੈ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸੀਗਾਰ ਸਬਦੇ ਪਿਰ ਰਾਖਿਆ ਉਰਧਾਰ ਏਕ ਪਛਾਣੈ ਹਉਮੈ ਮਾਰ ਸੁਭਾਵੰਤੀ ਕਹੀਐ ਨਾਰ ਬਿਨ ਗੁਰਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਲੋਭ ਭੱਬੇ ਨੂੰ ਸਿਹਾਰੀ ਹੋਣ ਕਰਕੇ ਲੋਭੀ ਦਾ ਵਾਚਕ ਹੈ ਕਿ ਮਨਮੁਖ ਲੋਭੀ ਹੈ। ਹਾਂਜੀ, ਦੂਸਰਿਆਂ ਪਦਾਰਥਾਂ ਵਿੱਚ ਲੁਭਾਏਮਾਨ ਹੋਇਆ ਰਹਿੰਦਾ। ਮਨਮੁਖ ਲੋਭੇ ਦੂਜੈ ਲੋਭਾਇਆ ਐਸੇ ਗਿਆਨੀ ਬੁਝ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨ ਮੂਏ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਗਾਸ ਤਿਤ ਘਾਟ ਨਾਮੈ ਨਾਮ ਨਿਵਾਸ ਹਉਮੈ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ। ਹਉਮੈ ਤੇ ਠੀਕ ਹੈ, ਹਉਮੈ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਾਣ ਆਏ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਿਗੁਰ ਮਨ ਭਾਏ ਅਨ ਦਿਨ ਨਾਮ ਰਹੇ ਲਿਵ ਲਾਏ ਸਦ ਹੀ ਨਾਮ ਵੇਖ ਹੈ ਹਜੂਰ ਗੁਰ ਕੈ ਸ਼ਬਦ ਰਹਿਆ ਭਰਪੂਰ ਆਪੇ ਬਖਸੇ ਦੇ ਪਿਆਰ ਹਉਮੈ ਰੋਗ ਵੱਡਾ ਸੰਸਾਰ ਹਉਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਧ ਸੰਗਤ ਜੀ ਆਪ ਜੀ ਕੋਲ ਭਾਗਾਂ ਵਿੱਚ ਇਹੋ ਰੋਗ ਜਾਏ ਸਿਹਾਰੀ ਛਪੀ ਹੋਈ ਹੈ ਪਰ ਪਾਠ ਅੰਤਰ ਜੋ ਹੈ ਇਹੋ ਵੀ ਆ ਰਿਹਾ ਹੈ। ਸੋ ਨਿਰਣਾ ਦੁਪਹਿਰ ਦੇ ਟਾਈਮ ਤੋਂ ਬਾਅਦ ਆਪ ਜੀ ਨਾਲ ਸਾਂਝਾ ਕਰ ਦਿੱਤਾ ਜਾਵੇਗਾ ਜੀ। ਹਾਂਜੀ, ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਛੰਤ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਦਿਨ ਸੋ ਰਾਤੇ ਇੱਕ ਨਿਮਖ ਮਨੋਹਨਾ ਵੀਸਰੈ ਗੋਪਾਲ ਸੰਗ ਰਾਤੇ ਦਿਨ ਸੋ ਰਾਤੇ। ਦੇਖੋ ਇੱਥੇ ਰਾਤੇ ਪਦ ਦੋ ਵਾਰੀ ਆਇਆ ਹੈ ਪਰ ਅਰਥ ਵੱਖਰਾ ਵੱਖਰਾ ਹੈ। ਜਨ ਸੰਗ ਰਾਤੇ ਭਾਵ ਪਰਮੇਸ਼ੁਰ ਆਪਣੇ ਪਿਆਰਿਆਂ ਦੇ ਨਾਲ ਰੱਤਿਆ ਰਲਿਆ ਮਿਲਿਆ ਅਭੇਦ ਹੈ ਔਰ ਦਿਨ ਸਰਾਤੇ ਦਿਨ ਰਾਤ ਲਗਾਤਾਰ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰਬਾਣੀ 'ਚ ਬਹੁਤ ਸਾਰੇ ਪਦ ਆਉਂਦੇ ਹਨ ਜਿਨ੍ਹਾਂ ਦਾ ਸਰੂਪ ਦੇਖਣ ਵਿੱਚ ਪੜ੍ਹਨ ਵਿੱਚ ਇੱਕੋ ਜਿਹਾ ਹੁੰਦਾ ਹੈ ਪਰ ਅਰਥ ਵੱਖਰੇ ਵੱਖਰੇ ਹੁੰਦੇ ਹਨ। ਸੋ ਇਸ ਤਰ੍ਹਾਂ ਜਦੋਂ ਆਪ ਜੀ ਬਾਣੀ ਦਾ ਅਭਿਆਸ ਕਰੋਗੇ ਬਾਰੰਬਾਰ ਬਹੁਤ ਹੀ ਅਣਮੁੱਲੇ ਹੀਰੇ ਮੋਤੀ ਇਸ ਖਜ਼ਾਨੇ 'ਚੋਂ ਲੱਭਦੇ ਹਨ। ਜਨ ਸੰਗ ਰਾਤੇ ਵਾਹਿਗੁਰੂ ਆਪਣੇ ਜਨਾਂ ਦੇ ਨਾਲ ਅਭੇਦ ਹੈ
ਦਿਨ ਸਰਾਤੇ ਦਿਨ ਰਾਤ ਲਗਾਤਾਰ। ਹਾਂਜੀ ਪੜ੍ਹੋ ਜੀ। ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਇੱਕ ਨਿਮਖ ਮਨੋ ਨਾ ਵੀਸਰੈ, ਗੋਪਾਲ ਗੁਣ ਨਿਧ ਸਦਾ ਸੰਗੇ, ਸਰਬ ਗੁਣ ਜਗਦੀਸਰੈ, ਮਨ ਮੋਹ ਲੀਨਾ ਚਰਨ ਸੰਗੇ, ਨਾਮ ਰਸ ਜਨ ਮਾਤੇ, ਨਾਨਕ ਪ੍ਰੀਤਮ ਕਿਰਪਾਲ ਸਦਹੁ, ਕਿਨੈ ਕੋਟ ਮਦੇ ਜਾਤੇ, ਪ੍ਰੀਤਮ ਤੇਰੀ ਗਤ ਅਗਮ ਅਪਾਰੇ, ਮਹਾਪਤਿਤ ਤੁਮ ਤਾਰੇ, ਪਤਿਤ ਪਾਵਨ ਭਗਤ ਵਛਲ, ਕਿਰਪਾ ਸਿੰਧ ਸੁਆਮੀਆ, ਸੰਤ ਸੰਗੇ ਭਜਨ ਸੰਗੇ, ਰਉ ਸਦਾ ਅੰਤਰ ਜਾਮੀਆ, ਕੋਟ ਜਨਮ ਪ੍ਰਮੰਤ ਜੋਨੀ, ਤੇ ਨਾਮ ਸਿਮਰਤ ਤਾਰੇ, ਨਾਨਕ ਦਰਸ ਪਿਆਸ ਹਰ ਜੀਉ, ਆਪ ਲੇ ਹੋ ਸਮਾਰੇ, ਹਰ ਚਰਨ ਕਮਲ ਮਨ ਲੀਨਾ, ਪ੍ਰਭ ਜਲ ਜਨ ਤੇਰੇ ਮੀਨਾ, ਜਲ ਮੀਨ ਪ੍ਰਭ ਜੀਉ ਏਕ ਤੂੰ ਹੈ, ਭਿੰਨ ਆਨ ਨਾ ਜਾਨੀਐ, ਗਹਿ ਪੂਜਾ ਲੇਵਹੁ ਨਾਮ ਦੇਵਹੁ, ਤਉ ਪ੍ਰਸਾਦੀ ਮਾਨੀਐ, ਭਜ ਸਾਧ ਸੰਗੇ ਏਕ ਰੰਗੇ, ਕਿਰਪਾਲ ਗੋਬਿੰਦ ਦੀਨਾ, ਅਨਾਥ ਨੀਚ ਸਰਣਾਇ ਨਾਨਕ, ਕਰ ਮਇਆ ਆਪਣਾ ਕੀਨਾ, ਆਪਸ ਕਉ ਆਪ ਮਿਲਾਇਆ, ਧਰਮ ਭੰਜਨ ਹਰ ਰਾਇਆ, ਆਚਰਜ ਸੁਆਮੀ ਅੰਤਰ ਜਾਮੀ, ਮਿਲੇ ਗੁਣ ਨਿਧ ਪਿਆਰਿਆ, ਮਹਾ ਮੰਗਲ ਸੂਖ ਉਪਜੇ, ਗੋਬਿੰਦ ਗੁਣ ਨਿਤ ਸਾਰਿਆ, ਮਿਲ ਸੰਗ ਸੋਹੇ ਦੇਖ ਮੋਹੇ, ਪੁਰਬ ਲਿਖਿਆ ਪਾਇਆ, ਬਿਨਵੰਤ ਨਾਨਕ ਸਰਨ ਤਿਨ ਕੀ, ਜਿਨੀ ਹਰ ਹਰ ਧਿਆਇ, ਮਿਲ ਸੰਗ ਸੋਹੇ ਦੇਖ ਮੋਹੇ, ਪੁਰਬ ਲਿਖਿਆ ਪਾਇਆ, ਬਿਨਵੰਤ ਨਾਨਕ ਸਰਨ ਤਿਨ ਕੀ, ਜਿਨੀ ਹਰ ਹਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।